ਪੰਜਾਬੀ ਦੇ ਮਸ਼ਹੂਰ ਸੂਫੀ ਗਾਇਕ ਦਾ ਭਿਆਨਕ ਸੜਕੀ ਹਾਦਸਾ ਹੋਇਆ। ਤੇਜ਼ ਰਫ਼ਤਾਰ ਕਾਰ ਇੱਕ ਰੇਲਿੰਗ ਦੇ ਨਾਲ ਜਾ ਟਕਰਾਈ ਔਰ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਟਰ ਦੇ ਨਾਲ ਇਹ ਰੇਲਿੰਗ ਨੂੰ ਤੋੜਨਾ ਪਿਆ, ਕੱਟਣਾ ਪਿਆ ਤੇ ਇਸ ਕਾਰ ਨੂੰ ਬਾਹਰ ਕੱਢਿਆ ਗਿਆ। ਮੌਕੇ ਤੇ ਇਕੱਠ ਹੋ ਗਿਆ ਪੁਲਿਸ ਦੇ ਮੁਲਾਜ਼ਮ, ਮੌਕੇ ਤੇ ਪਹੁੰਚ ਕੇ ਔਰ ਬੜੀ ਹੀ ਮੁਸ਼ਕਲ ਦੇ ਨਾਲ ਇਸ ਸਥਿਤੀ ਦੇ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਇਹ ਭਿਆਨਕ ਸੜਕੀ ਹਾਦਸਾ ਹੋਇਆ ਟਾਂਡਾ ਦੇ ਨੇੜੇ ਭੋਗਪੁਰ ਦੇ ਨਜ਼ਦੀਕ। ਇਹ ਭਿਆਨਕ ਹਾਦਸਾ ਹੋਇਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇੰਡੈਵਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸ ਦਈਏ ਕਿ ਪੰਜਾਬੀ ਦੇ ਸੂਫੀ ਗਾਇਕ ਸਰਦਾਰ ਅਲੀ ਇਸ ਕਾਰ ਦੇ ਵਿੱਚ ਸਵਾਰ ਸੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੱਛੋਂ ਬੇਕਾਬੂ ਹੋ ਕੇ ਆਈ ਤੇਜ਼ ਰਫ਼ਤਾਰ ਹੋਣ ਕਰਕੇ ਸਿੱਧੀ ਰੇਲਿੰਗ ਦੇ ਵਿੱਚ ਜਾ ਕੇ ਵੱਜੀ, ਤਾਂ ਰੇਲਿੰਗ ਦਾ ਜਿਹੜਾ ਹਿੱਸਾ ਉਹ ਕਾਰ ਦੇ ਵਿੱਚ ਲੱਗਿਆ ਔਰ ਕਟਰ ਦੇ ਨਾਲ ਇਸ ਨੂੰ ਬਾਹਰ ਕੱਢਿਆ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹ ਪਹੁੰਚ ਗਏ, JCB ਮਸ਼ੀਨ ਮੰਗਾਈ ਗਈ ਜਿਸ ਦੇ ਨਾਲ ਇਸ ਕਾਰ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਸੂਫੀ ਗਾਇਕ ਨੇ ਔਰ ਉਹਨਾਂ ਦੀ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਬੇਕਾਬੂ ਹੋਈ ਇੰਡੈਵਰ ਕਾਰ ਰੇਲਿੰਗ ਦੇ ਵਿੱਚ ਵੱਜੀ, ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਤਾਂ ਬਾਲ ਬਾਲ ਬੱਚੇ ਨੇ ਸਰਦਾਰ ਅਲੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਪੰਜਾਬੀ ਦੇ ਮਸ਼ਹੂਰ ਸੂਫੀ ਗਾਇਕ ਨੇ ਸਰਦਾਰ ਅਲੀ, ਜਿਨ੍ਹਾਂ ਦੀ ਲਾਲ ਰੰਗ ਦੀ ਇੰਡੈਵਰ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ। ਪੰਜਾਬੀ ਦੇ ਮਸ਼ਹੂਰ ਸੂਫੀ ਗਾਇਕ ਦਾ ਭਿਆਨਕ ਸੜਕੀ ਹਾਦਸਾ ਹੋਇਆ। ਤੇਜ਼ ਰਫ਼ਤਾਰ ਕਾਰ ਇੱਕ ਰੇਲਿੰਗ ਦੇ ਨਾਲ ਜਾ ਟਕਰਾਈ ਔਰ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਟਰ ਦੇ ਨਾਲ ਇਹ ਰੇਲਿੰਗ ਨੂੰ ਤੋੜਨਾ ਪਿਆ, ਕੱਟਣਾ ਪਿਆ ਤੇ ਇਸ ਕਾਰ ਨੂੰ ਬਾਹਰ ਕੱਢਿਆ ਗਿਆ। ਮੌਕੇ ਤੇ ਇਕੱਠ ਹੋ ਗਿਆ ਪੁਲਿਸ ਦੇ ਮੁਲਾਜ਼ਮ, ਮੌਕੇ ਤੇ ਪਹੁੰਚ ਕੇ ਔਰ ਬੜੀ ਹੀ ਮੁਸ਼ਕਲ ਦੇ ਨਾਲ ਇਸ ਸਥਿਤੀ ਦੇ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਦਾ ਇਹ ਭਿਆਨਕ ਸੜਕੀ ਹਾਦਸਾ ਹੋਇਆ ਟਾਂਡਾ ਦੇ ਨੇੜੇ ਭੋਗਪੁਰ ਦੇ ਨਜ਼ਦੀਕ। ਇਹ ਭਿਆਨਕ ਹਾਦਸਾ ਹੋਇਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇੰਡੈਵਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਦੱਸ ਦਈਏ ਕਿ ਪੰਜਾਬੀ ਦੇ ਸੂਫੀ ਗਾਇਕ ਸਰਦਾਰ ਅਲੀ ਇਸ ਕਾਰ ਦੇ ਵਿੱਚ ਸਵਾਰ ਸੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪਿੱਛੋਂ ਬੇਕਾਬੂ ਹੋ ਕੇ ਆਈ ਤੇਜ਼ ਰਫ਼ਤਾਰ ਹੋਣ ਕਰਕੇ ਸਿੱਧੀ ਰੇਲਿੰਗ ਦੇ ਵਿੱਚ ਜਾ ਕੇ ਵੱਜੀ, ਤਾਂ ਰੇਲਿੰਗ ਦਾ ਜਿਹੜਾ ਹਿੱਸਾ ਉਹ ਕਾਰ ਦੇ ਵਿੱਚ ਲੱਗਿਆ ਔਰ ਕਟਰ ਦੇ ਨਾਲ ਇਸ ਨੂੰ ਬਾਹਰ ਕੱਢਿਆ ਗਿਆ। ਮੌਕੇ ਤੇ ਪੁਲਿਸ ਦੇ ਮੁਲਾਜ਼ਮ ਨੇ ਜਿਹੜੇ ਉਹ ਪਹੁੰਚ ਗਏ, JCB ਮਸ਼ੀਨ ਮੰਗਾਈ ਗਈ ਜਿਸ ਦੇ ਨਾਲ ਇਸ ਕਾਰ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਪੰਜਾਬੀ ਦੇ ਮਸ਼ਹੂਰ ਗਾਇਕ ਸਰਦਾਰ ਅਲੀ ਸੂਫੀ ਗਾਇਕ ਨੇ ਔਰ ਉਹਨਾਂ ਦੀ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਅ ਹੋਇਆ। ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਕਿਸ ਤਰੀਕੇ ਦੇ ਨਾਲ ਬੇਕਾਬੂ ਹੋਈ ਇੰਡੈਵਰ ਕਾਰ ਰੇਲਿੰਗ ਦੇ ਵਿੱਚ ਵੱਜੀ, ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਤਾਂ ਬਾਲ ਬਾਲ ਬੱਚੇ ਨੇ ਸਰਦਾਰ ਅਲੀ, ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਤਾਂ ਪੰਜਾਬੀ ਦੇ ਮਸ਼ਹੂਰ ਸੂਫੀ ਗਾਇਕ ਨੇ ਸਰਦਾਰ ਅਲੀ, ਜਿਨ੍ਹਾਂ ਦੀ ਲਾਲ ਰੰਗ ਦੀ ਇੰਡੈਵਰ ਕਾਰ ਦਾ ਭਿਆਨਕ ਸੜਕੀ ਹਾਦਸਾ ਹੋਇਆ।